ਇੱਕ ਜਾਮ ਲਾਹੌਰ ਦੇ ਨਾਮ ਪੁਸਤਕ ਕਹਾਣੀ ਨਾਗ ਫਨੀ ਉਸਲੋ ਤੋਂ ਲੰਡਨ ਤੱਕ ਦੀ ਚਾਰਟਰਡ ਫਲਾਈਟ ਵਿੱਚ ਜਿੰਨੇ ਮੁਸਾਫਰ ਸਨ ਉਹਨਾਂ ਚੋਂ ਵਧੇਰੇ ਸਿਰਫ ਛੁੱਟੀਆਂ ਮਨਾਉਣ ਖਾਤਰ ਇੰਗਲੈਂਡ ਜਾ ਰਹੇ ਸਨ ਮੇਰੇ ਨਾਲ ਵਾਲੀ ਸੀਟ ਉੱਤੇ ਦੋ ਔਰਤਾਂ ਬੈਠੀਆਂ ਸਨ ਇੱਕ ਤਾਂ ਡੈਨਮਾਰਕ ਦੀ ਐਲਿਸ ਮੈਥੇਲਿਨ ਸੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਨਾਰਵੇਜ ਇੱਕ ਸਾਊਥ ਇੰਡੀਅਨ ਨਾਲ ਰਹਿ ਰਹੀ ਸੀ ਉਹਨਾਂ ਅਜੇ ਤੱਕ ਵਿਆਹ ਨਹੀਂ ਸੀ ਕਰਵਾਇਆ ਤੇ ਨਾ ਹੀ ਦੋਵਾਂ ਦਾ ਅਜੇ ਵਿਆਹ ਕਰਾਉਣ ਦਾ ਇਰਾਦਾ ਹੀ ਸੀ ਤੇ ਦੂਜੀ ਨਾਦਰਾ ਨਾਸਰੀ ਫਿਲਸਤੀਨੀ ਸੀ ਉਹ ਚਿੱਤਰਕਾਰ ਵੀ ਸੀ ਤੇ ਸ਼ਾਇਰੀ ਵੀ ਕਰਦੀ ਸੀ ਕੁਝ ਦਿਨ ਪਹਿਲਾਂ ਹੀ ਜਾਰਡਨ ਤੋਂ ਵਾਪਸ ਆਈ ਸੀ ਉੱਥੇ ਉਹਦੀ ਬੁੱਢੀ ਜਰਮਨ ਚਾਚੀ ਰਹਿੰਦੀ ਸੀ ਤੇ ਉਸ ਕੋਲ ਹੀ ਉਹਦੇ ਮੁੱਢਲੇ ਹੱਥ ਚਿੱਤਰ ਤੇ ਨਜ਼ਮਾਂ ਦੇ ਖਰੜੇ ਪਏ ਸਨ ਅਕਸਰ ਬਿਮਾਰ ਰਹਿਣ ਕਰਕੇ ਹੁਣ ਉਹਦੀ ਚਾਚੀ ਦੀ ਜ਼ਿੰਦਗੀ ਦਾ ਭਰੋਸਾ ਨਹੀਂ ਸੀ ਰਿਹਾ ਸੋ ਆਪ ਜਾ ਕੇ ਆਪਣੀਆਂ ਕਲਾ ਕਿਰਤਾਂ ਤੇ ਰਚਨਾਵਾਂ ਨੂੰ ਦੋ ਪੈਕਟਾਂ 'ਚ ਬੰਨ ਕੇ ਹਵਾਈ ਸਰਵਿਸ ਦੁਆਰਾ ਪੋਸਟ ਕਰਵਾਈ ਸੀ ਪਰ ਪੈਕੇਟ ਅਜ ਤਾਈਂ ਓਸਲੋ ਨਹੀਂ ਸੀ ਪਹੁੰਚੇ ਜਿਵੇਂ ਕਿ ਹਰੇਕ ਮੁਸਾਫਿਰ ਹੀ ਸਮਝਦਾ ਹੈ ਕਿ ਉਹਦਾ ਸਮਾਨ ਉਹਦੇ ਨਾਲ-ਨਾਲ ਜਹਾਜ਼ 'ਚ ਸਫ਼ਰ ਕਰ ਰਿਹਾ ਹੋਵੇਗਾ ਨਾਸਰੀ ਵੀ ਇਹੋ ਸਮਝਦੀ ਰਹੀ ਸੀ ਇਹ ਗੱਲ ਤਾਂ ਅੱਜ ਵੀ ਉਹ ਪੂਰੇ ਵਿਸ਼ਵਾਸ ਨਾਲ ਕਹਿ ਰਹੀ ਸੀ ਕਿਉਂ ਨਹੀਂ ਬੈਰੂਤ ਦੇ ਹਵਾਈ ਅੱਡੇ ਉੱਤੇ ਆਪਣੇ ਪੈਕਟਾਂ ਨੂੰ ਹੋਰ ਕਾਰਗੋ ਨਾਲ ਇੱਕ ਵੱਡੇ ਟਰਾਲੀ 'ਚ ਲੱਦਿਆ ਹੋਇਆ ਫਿਰ ਪਤਾ ਨਹੀਂ ਕੀ ਹੋਇਆ ਸੀ ਕਿ ਓਸਲੋ ਨਹੀਂ ਸੀ ਪਹੁੰਚੇ ਉਹਨਾਂ ਕਈ ਹਵਾਈ ਕੰਪਨੀਆਂ ਨੂੰ ਜਿਨ੍ਹਾਂ ਦੇ ਵਪਾਰਕ ਸਬੰਧ ਬੈਰੂਤ ਦੇ ਨਾਲ-ਨਾਲ ਮਾਸਕੋ ਲੰਦਰ ਨਵੀਂ ਦਿੱਲੀ ਐਮਸਟਰਡਮ ਕਰਾਚੀ ਤੇ ਫ੍ਰੈਂਕਫਰਟ ਨਾਲ ਵੀ ਸਨ ਆਪਣੀਆਂ ਰਚਨਾਵਾਂ ਦੇ ਭਾਵਕ ਮਹੱਤਵ ਬਾਰੇ अनेਕਾਂ ਖੱਤ ਲਿਖੇ ਸਨ ਤੇ ਉਹਨਾਂ ਨੇ ਆਪਣੇ ਉਪਚਾਰਕ ਨੀਮਾਦੀ ਨੂੰ ਉਹਦੇ ਹਰੇਕ ਖੱਤ ਦਾ ਜਵਾਬ ਵੀ ਤੁਰੰਤ ਹੀ ਦਿੱਤਾ ਸੀ ਪਰ ਉਹਨਾਂ ਖੱਤਾਂ 'ਚ ਉਹਦੇ ਸਮਾਨ ਦੇ ਨਾ ਮਿਲ ਸਕਣ ਬਾਰੇ ਅਫਸੋਸ ਹੀ ਪ੍ਰਗਟ ਕੀਤਾ ਗਿਆ ਹੁਣ ਉਹ ਆਪਣੀ ਚਿੱਤਰ ਪ੍ਰਦਰਸ਼ਨੀ 'ਚ ਆਪਣੀਆਂ ਮੁੱਢਲੀਆਂ ਕਲਾਕਿਰਤਾ ਨਹੀਂ ਰੱਖ ਸਕੇਗੀ ਜਿਨ੍ਹਾਂ ਦੀ ਅਲੋਚਕ ਮੰਗ ਕਰ ਰਹੇ ਸਨ ਤੇ ਇਸ ਮੌਕੇ ਉੱਤੇ ਇਕੱਠੇ ਹੋਏ ਕਲਾ ਪ੍ਰੇਮੀਆਂ ਨੂੰ ਆਪਣੀਆਂ ਪੁਰਾਣੀਆਂ ਤੇ ਨਵੀਆਂ ਨਜ਼ਮਾਂ ਸੁਣਾ ਕਿ ਜਿਸ ਨਵੀਂ ਪਰੰਪਰਾ ਦੀ ਨਹੀਂ ਰੱਖਣੀ ਚਾਹੁੰਦੀ ਸੀ ਪਰ ਆਪਣੀ ਅਮੁੱਲ ਸੰਪਤੀ ਗਵਾਹ ਜਾਣ ਕਰਕੇ ਇਹ ਨਹੀਂ ਸੀ ਕਰ ਸਕਦੀ। ਉੱਖਾ ਸੀ ਉਦਾਸ ਸੀ ਤੇ ਉਹਦਾ ਜ਼ਿਕਰ ਕਰਦੀ ਹੋਈ ਰੋਣ ਲੱਗ ਪੈਂਦੀ ਸੀ। ਹੁਣੇ ਕੁਛ ਛਿਰ ਪਹਿਲਾਂ ਉਹਨੇ ਮੇਰੇ ਸਾਹਮਣੇ ਵੀ ਅਥਰੂ ਵਹੇ ਸਨ। ਅੱਜ ਉਹ ਪੂਰੇ 3 ਮਹੀਨੇ ਬਾਅਦ ਆਖਰੀ ਵਾਰ ਉਹਨਾਂ ਨੂੰ ਪਾਲਨ ਖਾਤਰ ਲੰਡਨ ਜਾ ਰਹੀ ਸੀ। ਇਸ ਉਮੀਦ ਤੇ ਕਿ ਸ਼ਾਇਦ ਉਹ ਕਿਸੇ ਅਜਿਹੇ ਕਾਰਗੋ ਚ ਪਈ ਲੱਭ ਪੈਣ ਜਿਹਦੀ ਪਛਾਣ ਵਾਲੇ ਸਾਰੇ ਲੇਬਲ ਤੇ ਨਿਸ਼ਾਨ ਮਿਟ ਗਏ ਹੁੰਦੇ ਨੇ। ਆਪਣੀ ਪਰੇਸ਼ਾਨੀ ਕਰਕੇ ਉਹ ਸਾਡੇ ਨਾਲ ਗੱਲਾਂ ਗੱਪਾਂ ਵਿੱਚ ਵੀ ਸ਼ਰੀਕ ਨਹੀਂ ਸੀ ਹੋ ਸਕੀ ਡੇਢ ਘੰਟੇ ਦੀ ਫਲਾਈਟ ਦੌਰਾਨ ਮੈਂ ਤੇ ਐਲਿਸ ਹੀ ਗੱਲਾਂ ਕਰਦੇ ਰਹੇ ਸਾਂ ਐਲਿਸ ਲਗਭਗ ਪੌਣੇ 6 ਫੁੱਟ ਉੱਚੀ ਸੀ ਮੇਰੇ ਨਾਲੋਂ ਕੋਈ 6 ਕੁ ਇੰਚ ਲੰਮੀ ਇਸ ਵਿੱਚ ਪਗ ਪੱਛਮੀ ਔਰਤਾਂ ਵਾਲੇ ਸਾਰੇ ਗੁਣ ਸਨ ਪਰ ਆਕੜ ਜ਼ਰਾ ਵੀ ਨਹੀਂ ਸੀ ਸਗੋਂ ਔਰਤ ਜ਼ਾਤ ਦੀ ਸੁਭਾਵਕ ਨਿਮਰਤਾ ਦਾ ਅੰਸ਼ ਕੁਝ ਵਧੇਰੇ ਸੀ ਜਿਹੜਾ ਮਰਦਾਂ ਲਈ ਖੁਸ਼ੀ ਤੇ ਆਨੰਦ ਦਾ ਸੰਬਲ ਬਣ ਜਾਂਦਾ ਹੈ ਉਹਦੀ ਝਲਕ ਸਦਾ ਉਹਦਾ ਗੋਰਾ ਮੁਖੜਾ ਅਤ ਹੁਸਨ ਤੇ ਦਿਲਕਾਸ਼ ਲੱਗਦਾ ਸੀ ਉਹਦੇ ਡਾਈ ਕੀਤੇ ਕੱਕੇ ਪੂਰੇ ਵਾਲ ਉਹਦੇ ਮੁੰਡਿਆਂ ਤੇ ਝੂਲ ਰਹੇ ਸਨ ਉਹ ਨਾਵੇ ਦੇ ਜੀਵਨ ਤੋਂ ਸੰਤੁਸ਼ਟ ਨਹੀਂ ਸੀ ਲੱਗ ਰਹੀ ਕਿਉਂਕਿ ਵਾਰੀ-ਵਾਰੀ ਆਪਣੇ ਦੇਸ਼ ਦੇ ਸਾਹਿਤ ਕਲਾ ਤੇ ਰੰਗਮੰਚ ਦੀ ਪਰੰਪਰਾ ਦੇ ਗੂੰਗਾਉਣ ਲੱਗ ਪੈਂਦੀ ਸੀ ਤੇ ਉਹਨੂੰ ਮਹਾਨ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਕੈਂਡੀਨੇਵੀਅਨ 에ਅਰ ਸਰਵਿਸ ਦੀ ਇਸ ਉਡਾਨ ਵਿੱਚ ਵਾਰੀ-ਵਾਰੀ ਹਵਾ ਦਾ ਦਬਾਅ ਘਟਣ ਜਾਂ ਵਧਣ ਲੱਗ ਪੈਂਦਾ ਸੀ ਇਸ ਕਰਕੇ ਵੀ ਉਹਨਾਂ ਦੀ ਭਰਪੂਰ ਅਲੋਚਨਾ ਕਰ ਰਹੀ ਸੀ ਇਨ ਸਾਰੀਆਂ ਗੱਲਾਂ ਪਿੱਛੇ ਉਹਦੇ ਸਵੈਮਾਨ ਦਾ ਚੋਖਾ ਹੱਥ ਸੀ ਕਿਉਂਕਿ ਜਦੋਂ ਮੈਂ ਕਾਫੀ ਸੋਚ ਵਿਚਾਰ ਪਿੱਛੋਂ ਕਿ ਉਹਦੀ ਸ਼ਕਲ ਸੂਰਤ ਕਿਸ ਨਾਲ ਮਿਲਦੀ ਹੈ ਉਹਦੀ ਤੁਲਨਾ ਗਰੇਟਾ ਗਾਰਬੋ ਨਾਲ ਕੀਤੀ ਸੀ ਤਾਂ ਉਹ ਖਿੜਕੇ ਬੋਲੀ ਸੀ ਓ ਤੁਸੀਂ ਜਾਣਦੇ ਹੋ ਗਰੇਟਾ ਗਾਰਬੋ ਵੀ ਡੈਨਿਸ਼ ਸੀ ਤੇਹੀ ਗੱਲ ਕਈ ਹੋਰ ਲੋਕਾਂ ਨੇ ਵੀ ਮੈਨੂੰ ਕਹੀਏ ਇਹ ਕਹਿ ਕੇ ਉਹਨੇ ਆਪਣੇ ਪਰਸ ਤੋਂ ਕਾਲੀਆਂ ਅਨਕਾਂ ਕੱਢ ਕੇ ਲਾ ਲਈਆਂ ਸੰ ਤੇ ਆਪਣੇ ਹੋਠਾਂ ਨੂੰ ਰੀਟਚ ਕਰਦੇ ਹੋਏ ਨਾਦੇਰਾ ਨਾਸਰੀ ਤੋਂ ਪੁੱਛਿਆ ਸੀ ਤੂੰ ਕਦੇ ਗਰੇਟਾ ਗਾਰਬੋ ਨੂੰ ਸਕਰੀਨ ਤੇ ਦੇਖਿਆ ਨਾਦੀਰਾ ਆਪਣੀ ਮਾਨਸਿਕ ਪਰੇਸ਼ਾਨੀ ਤੋਂ ਖਿਹੜਾ ਛੁਡਾਣ ਲਈ ਰੂਟਸ ਨਾਵਲ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ ਬਿਨਾਂ ਸੁਰ ਚੁੱਕੇ ਉਹਨੇ ਸੰਖੇਪ ਜਿਹਾ ਉੱਤਰ ਦਿੱਤਾ ਹਾਂ ਸਿਰਫ ਇੱਕ ਵਾਰੀ ਪਰ ਉਹ ਫਿਲਮ ਬੜੀ ਵਾਹਿਆਤ ਸੀ ਨਾਦੀਰਾ ਨੇ ਮੇਰੀ ਗੱਲ ਬਿਲਕੁਲ ਅਣਗੌਲੀ ਕਰ ਛੱਡੀ ਸੀ ਜਿਹੜੀ ਕੁਛੇ ਪਹਿਲਾਂ ਮੈਂ ਇਨਿਸ ਮੈਥਲਿੰਡ ਦੇ ਤੇ ਹਾਲੀਵੁੱਡ ਦੀ ਸੁਪਰ ਸਿਤਾਰਾ ਅਭਿਨੇਤਰੀ ਦੀ ਆਪਸ ਵਿੱਚ ਹੈਰਾਨੀ ਦੀ ਹੱਦ ਤੱਕ ਮਿਲਦੀ ਸ਼ਕਲ ਬਾਰੇ ਕਹੀ ਸੀ ਜੇ ਸੁਣੀ ਵੀ ਹੋਏਗੀ ਤਾਂ ਇਹ ਸੋਚ ਕੇ ਆਪਣੇ ਚਿਹਰੇ ਤੇ ਕੋਈ ਪ੍ਰਭਾਵ ਨਹੀਂ ਆਉਣ ਦਿੱਤਾ ਹੋਏਗਾ ਕਿ ਉਹ ਸਭ ਕੁਝ ਮੈਂ ਸਿਰਫ ਐਲਿਸ ਨੂੰ ਖੁਸ਼ ਕਰਨ ਵਾਸਤੇ ਕਹਿ ਰਿਹਾ ਸਾਂ ਉਦੋਂ ਐਲਿਸ ਨੇ ਉਸ ਫਲਸਤੀਨੀ ਔਰਤ ਵੱਲ ਅਤ ਕੈਰ ਭਰੀਆਂ ਅਜੀਬ ਜੀਆਂ ਨਜ਼ਰਾਂ ਨਾਲ ਵੇਖਿਆ ਸੀ ਭਾਵੇਂ ਨਾਦਰਾ ਉਸ ਨਾਲੋਂ ਖਾਸੀ ਮਧਰੀ ਸੀ ਪਰ ਉਸ ਵਿੱਚ ਲਾਗ ਕਰ ਖਣ ਵੀ ਘਟ ਨਹੀਂ ਸੀ ਉਹਦੇ ਵਾਲ ਸ਼ਾਹ ਕਾਲੇ ਸਨ ਤੇ ਡਾਈ ਵੀ ਕੀਤੇ ਹੋਏ ਸਨ ਜੋ ਉਹਦੇ ਕਣਕ ਵਰਨੇ ਰੰਗ ਉਤੇ ਖਾਸੇ ਫੱਬ ਰਹੇ ਸਨ ਕਣਕ ਵਰਨੇ ਰੰਗ ਦੇ باوجود ਉਹਦਾ ਨੱਕ ਨਕਸ਼ਾ ਬੜਾ ਦਿਲਕਸ਼ ਸੀ ਸੋ ਮੇਰੇ ਲਈ ਕਹਿਣਾ ਬੜਾ ਮੁਸ਼ਕਿਲ ਹੈ ਕਿ ਜੇ ਉਸ ਡੈਨਿਸ਼ ਔਰਤ ਵਾਂਗੀ ਨਾਦਰਾ ਨੇ ਵੀ ਮੇਰੇ ਨਾਲ ਗੱਲਾਂ ਬਾਤਾਂ ਕਰਨ 'ਚ ਓਨੀ ਦਿਲਚਸਪੀ ਦਿਖਾਈ ਹੁੰਦੀ ਤਾਂ ਮੈਂ ਦੋਵਾਂ ਵਿੱਚੋਂ ਕਿਸ ਨੂੰ ਵਧੇਰੇ ਮਹੱਤਵ ਦਿੰਦਾ ਅਚਾਨਕ ਐਲਿਸ ਨੇ ਉੱਤੇ ਲੱਗੀ ਕਾਲ ਬੈਲ ਦਾ ਬਟਨ ਦਬਕ ਕੇ 에ਰ ਹੌਸਟੈਸ ਨੂੰ ਬੁਲਾਇਆ ਤੇ ਦੋ ਗਲਾਸ ਰੈੱਡ ਵਾਈਨ ਲੈ ਆਉਣ ਲਈ ਕਿਆ ਨਾਦिरा ਨੂੰ ਪੁੱਛਣ ਦੀ ਉਹਨੇ ਲੋੜ ਨਹੀਂ ਸੀ ਸਮਝੀ ਉੰਜ ਪੁੱਛਿਆ ਮੈਥੋਂ ਵੀ ਨਹੀਂ ਸੀ ਮੈਂ ਆਪ ਵੀ ਆਰਡਰ ਦੇ ਸਕਦਾ ਸੀ ਜਿਵੇਂ ਕਿ ਨਾਦिरा ਨੇ ਵੀ ਇਹ ਰੋਸਟਿਸਟ ਤੋਂ ਦੇਖ ਕੇ ਬੀਅਰ ਲੈ ਆਉਣ ਲਈ ਗਿਆ ਸੀ ਐਲਿਸ ਤੇ ਮੈਂ ਮੁੜ ਦੋ ਪੱਕੇ ਪੁਰਾਣੇ ਮਿੱਤਰਾਂ ਵਾਂਗ ਗੱਲਾਂ ਕਰਨ ਵਿੱਚ ਰੁੱਝ ਗਏ ਤੇ ਵਾਈਨ ਪੀਂਦੇ ਰਹੇ ਮੈਂ ਉਹਦੇ ਵਤੀਰੇ ਤੋਂ ਇੰਜ ਮਹਿਸੂਸ ਕਰ ਰਿਹਾ ਸਾਂ ਜਿਵੇਂ ਉਹ ਮੇਰੀਆਂ ਗੱਲਾਂ 'ਚ ਜ਼ਿਆਦਾ ਤੋਂ ਜ਼ਿਆਦਾ ਦਿਲਚਸਪੀ ਦਿਖਾ ਕੇ ਨਾਦिरा ਨੂੰ ਸਾਡੀ ਗੱਲਬਾਤ ਤੋਂ ਲਾਂਬੇ ਰੱਖ ਕੇ ਉਹਨੂੰ ਠੇਸ ਪਹੁੰਚਾਣਾ ਚਾਹੁੰਦੀ ਹੈ ਲੰਡਨ 'ਚ ਹਫਤਾ ਠਹਿਰਨ ਦੌਰਾਨ ਉਹਨੇ ਘੱਟੋ-ਘੱਟ 3 ਦਿਨ ਮੇਰੇ ਨਾਲ ਬਿਤਾਉਣ ਦਾ ਪ੍ਰੋਗਰਾਮ ਬਣਾਇਆ ਤੇ ਮੈਥੋਂ ਵਾਅਦਾ ਲਿਆ ਕਿ ਮੈਂ ਹਰ ਰੋਜ਼ ਸਵੇਰੇ ਉੱਠਣਸਾਰੋਂ ਨੂੰ ਫੋਨ ਕਰਿਆ ਕਰਾਂਗਾ ਕਿਉਂਕਿ ਸਾਨੂੰ ਵੱਖ-ਵੱਖ ਹੋਟਲਾਂ 'ਚ ਠਹਿਰਾਇਆ ਜਾ ਰਿਹਾ ਸੀ। ਮੇਰੀ ਰਹਾਇਸ਼ ਦਾ ਪ੍ਰਬੰਧ ਕਿੰਗਸਟਨ 'ਚ ਕੀਤਾ ਗਿਆ ਸੀ ਤੇ ਉਹਨੂੰ 3 ਦਰਜਨ ਹੋਰ ਟੂਰਿਸਟਾਂ ਨਾਲ ਐਪੋਲੋਜ ਠਹਿਰਾਇਆ ਜਾ ਰਿਹਾ ਸੀ। ਦੋਵਾਂ ਹੋਟਲਾਂ ਦਾ ਖਰਚਾ ਸਾਡੀ ਚਾਰਟਰਡ ਫਲਾਈਟ 'ਚ ਸ਼ਾਮਲ ਸੀ। ਜਿਸ ਦਿਨ ਸਵੇਰੇ ਮੈਂ ਤੇ ਐਲਿਸ ਦੋਵਾਂ ਨੇ ਲੰਡਨ ਦੇ ਦੋ ਵੱਡੇ ਮਿਊਜ਼ੀਅਮ ਦੇਖੇ ਸਨ। ਉਸੇ ਸ਼ਾਮ ਮੈਂ ਉਹਨੂੰ ਇੱਕ ਅਰਬ ਹੋਟਲ 'ਚ ਲੈ ਗਿਆ ਸਾਂ ਉਹ ਹੋਟਲ ਪਿਕਡਲੀ ਦੇ ਸੰਘਣੇ ਆਬਾਦੀ ਵਾਲੇ ਇਲਾਕੇ ਦੇ ਇੱਕ ਗਲੀ 'ਚ ਬਣਿਆ ਹੈ ਖਾਣੇ ਦੀ ਮੇਜ਼ ਤੇ ਐਲਿਸ ਨੇ ਮੈਨੂੰ ਦੱਸਿਆ ਨਾਦिरा ਨੂੰ ਮੈਂ ਸਿਰਫ ਇੱਕ ਹਮਸਫਰ ਦੇ ਤੌਰ ਤੇ ਨਹੀਂ ਜਾਣਦੀ ਬਲਕਿ ਉਸ ਤੋਂ ਪਹਿਲਾਂ ਵੀ ਸਾਡੇ ਸਬੰਧਾਂ ਦੀ ਇੱਕ ਲੰਮੀ ਕਹਾਣੀ ਹੈ ਸਾਡੇ ਆਸ-ਪਾਸੇ ਦੀਆਂ ਮੇਜ਼ਾਂ ਉੱਤੇ ਕਈ ਏਸ਼ੀਆਈ ਅਫਰੀਕੀ ਸਾਊਥ-ਈਸਟ ਏਸ਼ੀਆਈ ਲੋਕ ਬੈਠੇ ਸਨ ਜਰਮਨ ਕੁੜੀਆਂ ਮੁੰਡੇ ਬੜੀ ਮੁਸਤੈਦੀ ਨਾਲ ਖਾਣੇ ਪਰੋਸ ਰਹੇ ਸਨ ਇੱਕ ਨੀਗਰੂ ਆਪਣੇ ਸਾਹਮਣੇ ਰੱਖੀ ਗਰਮਾ-ਗਰਮ ਮੀਟ ਦੀ ਡਿਸ਼ ਨੂੰ ਭੁੱਲ ਕੇ ਆਪਣੀ ਸਫੈਦ ਰੰਗਤ ਵਾਲੀ ਗਰਲਫ੍ਰੈਂਡ ਨੂੰ ਚੁੰਮਣ-ਚੁੰਡਣ 'ਚ ਮਸਤ ਸੀ ਐਲਿਸ ਮੈਥੇਲਨ ਨੇ ਆਪਣੀ ਆਪਣੀ ਵਾਰੀ-ਵਾਰੀ ਅੱਗੇ ਆ ਜਾਂਦੇ ਵਾਲਾ ਨੂੰ ਕਲਿੱਪ 'ਚ ਕੈਦ ਕਰਦਿਆਂ ਕਿਹਾ 10 ਸਾਲ ਪਹਿਲਾਂ ਅਚਾਨਕ ਉਹਨੇ ਮੇਰੇ ਪਤੀ ਐਨਿਸ ਗੁੰਮਰਜ਼ ਰੂਡ ਉਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਸਾਨੂੰ ਵੱਖ ਹੋਣਾ ਪਿਆ ਅੱਜਕੱਲ ਉਹ ਕਾਬਲ 'ਚ ਡੈਨਿਸ ਡਿਪਟੀ ਕਾਉਂਸਲਰ ਲੱਗਿਆ ਹੋਇਆ ਹੈ ਦੋਵਾਂ ਦੀ ਜ਼ਿਆਦਾ دیر ਨਿਭ ਵੀ ਨਹੀਂ ਸਕੀ ਨਿਭ ਹੀ ਨਹੀਂ ਸੀ ਸਕਦੀ ਉਹ ਕਿਸੇ ਇੱਕ ਮਰਦ ਨਾਲ ਲੰਬੇ ਸਮੇਂ ਤੱਕ ਬੱਜੀ ਨਹੀਂ ਰਹਿ ਸਕਦੀ ਸਿਰਫ ਮਾਨਸਿਕ ਪ੍ਰਯੋਗ ਕਰਦੀ ਹੈ ਤੇ ਸ਼ਾਇਦ ਕਿਸੇ ਫ੍ਰਾਂਸੀਸੀ ਜਨਰਲ ਵਾਸਤੇ ਬਿਨਾ ਨਾਗਾ ਡਾਇਰੀ ਲਿਖਦੀ ਹੈ ਐਲਿਸੀਆ ਗੱਲਾਂ 'ਚ ਡਾਡੀ ਕੁਸੈਲ ਖੁੱਲੀ ਹੋਈ ਸੀ ਅੱਜ ਤੱਕ ਉਹਨੇ ਸਿਰਫ 4 ਵਿਆਹ ਕਰਵਾਏ ਨੇ ਹਰੇਕ ਦਾੰਤ ਤਲਾਕ ਨਾਲ ਹੋਇਆ ਉਹਦੇ ਦੋ ਬੱਚੇ ਵੀ ਹੋਏ ਸਨ ਪਰ ਦੋਵੇਂ ਉਹਨੇ ਦੋ ਜ਼ਰੂਰਤਮੰਦ ਜੋੜਿਆਂ ਨੂੰ ਦੇ ਦਿੱਤੇ ਉਹਦਾ ਇੱਕ ਮੁੰਡਾ ਇੱਥੇ ਲੰਡਨ 'ਚ ਪੜ੍ਹਦਾ ਹੈ ਅਸਲ 'ਚ ਉਸੇ ਨੂੰ ਮਿਲਣ ਵਾਸਤੇ ਆਈ ਹੈ ਗਵਾਚੇ ਹੋਏ ਸਮਾਨ ਦਾ ਤਾਂ ਸਿਰਫ ਬਹਾਨਾ ਹੈ ਉਹ ਨਾ ਵੀ ਗਵਾਚਿਆ ਹੁੰਦਾ ਤਾਂ ਵੀ ਉਹਨੇ ਕੁਛ ਨਾ ਕੁਛ ਲੱਭਦਿਆਂ ਨਜ਼ਰ ਆਉਣਾ ਸੀ ਜਦੋਂ ਅਸੀਂ ਹੋਟਲ 'ਚੋਂ ਬਾਹਰ ਨਿਕਲੇ ਪਿਕਡਲੀ ਦੇ ਥੀਏਟਰਾਂ ਤੇ ਸਿਨੇਮਾ ਘਰਾਂ ਸਾਹਮਣੇ ਅਨੇਕਾਂ ਲੋਕ ਆਖਰੀ ਸ਼ੋਅ ਦੇ ਇੰਤਜ਼ਾਰ 'ਚ ਕਤਾਰਾਂ ਬੰਨੀ ਖੜੇ ਨਜ਼ਰ ਆਏ ਸੈਕਸ ਵੇਚਣ ਵਾਲੀਆਂ ਕੁੜੀਆਂ ਇੱਕ ਖੁਸ਼ ਕੁਫoare ਦੇ ਚਬੂਤਰੇ ਤੇ ਬੈਠੀਆਂ ਗੱਪਾਂ ਮਾਰ ਰਹੀਆਂ ਹਨ ਕਿਸੇ ਮਰਦ ਨੂੰ ਕੱਲਾ ਵੇਖ ਕੇ ਮੂੰਹ ਨਾਲ ਸੀਟੀ ਵਜਾਉਣ ਲੱਗ ਪੈਂਦੀ ਹੈ ਜਾਂ ਹੈਲੋ ਆ ਕੇ ਉਹਦਾ ਧਿਆਨ ਆਪਣੇ ਵੱਲ ਖਿੱਚਦੀਆਂ ਇੱਕ ਨੌਜਵਾਨ ਅੰਗਰੇਜ਼ ਬੱਚਾ 100 ਡਾਲ ਨੀਗਰੋ ਮੋਟਿਆਰ ਦੇ ਲੱਕ ਦੁਆਲੇ ਬਾਹਵਲੀ ਸਾਡੇ ਸਾਹਮਣੇ ਉਲੰਘਿਆ ਅਸੀਂ ਚੁੱਪਚਾਪ ਟਿਊਬ ਸਟੇਸ਼ਨ ਵੱਲ ਵਧਦੇ ਰਹੇ ਅਗਲੇ ਦਿਨ ਐਤਵਾਰ ਸੀ ਐਲਿਸ ਹੋਰ ਲੋਕਾਂ ਨਾਲ ਟੂਰਿਸਟ ਬੱਸ ਵਿੱਚ ਲਾਗਲੇ ਪਿੰਡ ਵੇਖਣ ਜਾ ਚੁੱਕੀ ਸੀ ਮੈਂ ਹਾਈਡਲ ਪਾਰਕ ਦੇਖਣ ਤੁਰ ਪਿਆ ਜਿਵੇਂ ਸੁਣਿਆ ਸੀ ਉੱਥੇ ਹਜ਼ਾਰਾਂ ਲੋਕ ਇੱਧਰ ਉੱਧਰ ਘੁੰਮ ਰਹੇ ਸਨ ਜਾਂ ਘਾਹ ਤੇ ਬੈਠੇ ਬਿਆਰ ਦੀਆਂ ਬੋਤਲਾਂ ਖਾਲੀ ਕਰ ਰਹੇ ਸਨ ਕਈ ਸਟੂਡੈਂਟ ਤੇ ਪੇਸ਼ਾਵਰ ਲੀਡਰ ਲੋਕ ਆਪੋ ਆਪਣੀਆਂ ਡੈਕਸਾਂ ਕੁਰਸੀਆਂ ਲੱਕੜ ਦੇ ਬਕਸਿਆਂ ਵਗੈਰਾ ਤੇ ਚੜੇ ਭਾਸ਼ਣ ਕਰ ਰਹੇ ਸਨ ਕਿਸੇ ਦੀਵਾਲੇ ਸਰੋਤਿਆਂ ਦੀ ਖਾਸੀ ਭੇੜ ਸੀ ਤੇ ਕਿਸੇ ਕੋਲ ਇੱਕ ਦੋ ਸੁਣਨ ਵਾਲੇ ਹੀ ਸਨ ਉੱਥੇ ਅਚਾਨਕ ਉਸ ਪਤਲੀ ਤੇ ਮਧਰੀ ਔਰਤ ਨੂੰ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਸੀ ਉਹਦੇ ਵਾਲ ਬਿਲਕੁਲ ਨਾਦੀਰਾ ਦੇ ਵਾਲਾਂ ਵਾਂਗ ਕੱਟੇ ਸਵਾਰੇ ਤੇ ਸ਼ਾ ਕਾਲੇ ਸਨ ਉਹਦੀ ਇੱਕ ਬਾਹ ਤੇ ਇਸ਼ਤਿਹਾਰਾਂ ਦਾ ਇੱਕ ਬੰਡਲ ਟਿਕਿਆ ਸੀ ਜਿਨ੍ਹਾਂ ਨੂੰ ਉਈ ਕੀ ইরਾਨੀ ਸਟੂਡੈਂਟ ਲੀਡਰ ਦੁਆਲੇ 71 ਹੋਈ ਭੀੜ ਚ ਵੰਡ ਰਹੀ ਸੀ ইরਾਨੀ ਮੁੰਡੇ ਤੇ ਕੁੜੀਆਂ ਸ਼ਾਹ ਦੇ ਖਿਲਾਫ ਨਾਰੇ ਲਾ ਰਹੇ ਸਨ ਜਦੋਂ ਉਹਦੇ ਸਾਰੇ ਇਸ਼ਤਿਹਾਰ ਮੁੱਕ ਗਏ ਉਹ ਭੀੜ ਚ ਇੱਕ ਪਾਸੇ ਜਾ ਖਲੋਤੀ ਇੱਕ ਅਫਰੀਕੀ ਈਸਾ ਮਸੀਹ ਦੇ ਖਿਲਾਫ ਭਾਸ਼ਣ ਦੇ ਰਿਹਾ ਸੀ ਮੈਂ ਦੇਖਿਆ ਉਹ ਔਰਤ ਗੌਰ ਨਾਲ ਕੁੱਚਿਰ ਉਹਦੀਆਂ ਗੱਲਾਂ ਸੁਣਦੀ ਰਹੀ ਫਿਰ ਕੂਕਦੀ ਹੋਈ ਅਚਾਨਕ ਭੀੜ ਚੋਂ ਬਾਹਰ ਨਿਕਲ ਗਈ ਖੁਦਾ ਹੈ ਖੁਦਾ ਹੈ ਤੂੰ ਝੂਠ ਬੋਲ ਰਿਹਾ ਹੈ ਬਈ ਖੁਦਾ ਨਹੀਂ ਹੈ ਮੈਨੂੰ ਉਹਦੇ ਚਿਹਰੇ ਦੀ ਉਤੇਜਨਾ ਬੜੀ ਚੰਗੀ ਲੱਗੀ ਉਸ ਕਰਕੇ ਉਹ ਪਹਿਲਾਂ ਨਾਲੋਂ ਵਧੇਰੇ ਖੁਸ਼ੀਨ ਨਜ਼ਰ ਆਉਣ ਲੱਗ ਪਈ ਸੀ ਉਹ ਆਪਣੇ ਬੈਗ ਨੂੰ ਮੋਢੇ ਤੇ ਚਲਾਉਂਦੇ ਇੱਕ ਜਏ ਆਦਮੀ ਕੋਲ ਜਾ ਬੈਠੀ ਜਿਹੜਾ ਇਕੱਲਾ ਖੜਾ ਭਾਸ਼ਣ ਦੇ ਰਿਹਾ ਸੀ ਕੁਝ ਛਿਰ ਉਹਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਰਹੀ ਫਿਰ ਕੋਲ ਪਿਆ ਇੱਕ ਅਖਬਾਰ ਚੁੱਕ ਕੇ ਘਾਹ ਤੇ ਲੇਟ ਗਈ ਤੇ ਅਖਬਾਰ ਨੂੰ ਮੂੰਹ ਤੇ ਲੈ ਲਿਆ ਪਤਾ ਨਹੀਂ ਫਿਰ ਉਹ ਸੌਂ ਗਈ ਸੀ ਕਿ ਉਹਦਾ ਭਾਸ਼ਣ ਸੁਣ ਰਹੀ ਸੀ ਅਗਲੇ ਦਿਨ ਮੈਂ ਬੁਸ਼ ਹਾਊਸ ਚਲਾ ਗਿਆ ਸਾਂ ਬਾਹਰ ਨਿਕਲਿਆ ਤਾਂ ਰਾਤ ਦੇ 11 ਵੱਜ ਚੁੱਕੇ ਸਨ ਉੱਥੇ ਇੱਕ ਦੋਸਤ ਨੂੰ ਮਿਲਣਾ ਸੀ ਉਹਦੀ ਡਿਊਟੀ 3 ਵਜੇ ਸ਼ੁਰੂ ਹੋਣੀ ਸੀ ਉਹ ਇਸ ਸਮੇਂ ਵੀ ਦੂਜੇ ਦੇਸ਼ ਦੀਆਂ ਯੂਨਿਟਾ ਦੇ ਲੋਕਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਜਦੋਂ ਮੈਂ ਉੱਥੇ ਪਹੁੰਚਿਆ ਸੀ ਉਹਦੀ ਮੇਜ਼ ਤੇ ਦੋ ਬਰਮੀ ਨਿਊਜ਼ਮੈਨ ਤੇ ਇੱਕ ਭਾਰਤੀ ਔਰਤ ਬੈਠੀ ਹੋਈ ਸੀ ਭਾਰਤੀ ਔਰਤ ਨੇ ਜ਼ਿਆਦਾ ਦੇਰ ਤੱਕ ਬੈਠਣਾ ਠੀਕ ਨਾ ਸਮਝਿਆ ਉਹਦੇ ਜਾਣ ਪਿੱਛੋਂ ਮੇਰੀ ਦੋਸਤ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਉਹਦੀ ਪਹਿਲੀ ਪਤਨੀ ਸੀ ਹੁਣ ਵੀ ਕਦੇ ਕਦਾਰ ਮਿਲਣ ਆ ਜਾਂਦੀ ਹੈ ਇੱਕ ਚੰਗੇ ਮਿੱਤਰ ਵਾਂਗ ਹੁਣ ਜਿਉਣਾ ਨੂੰ ਵੱਖ ਹੋਇਆ 20 ਸਾਲ ਹੋ ਚੁੱਕੇ ਨੇ ਤੇ ਦੋਵਾਂ ਵਿੱਚੋਂ ਕਿਸੇ ਨੂੰ ਵੀ ਇਸ ਗੱਲ ਦਾ ਦੁੱਖ ਨਹੀਂ ਕਿ ਉਹ ਵੱਖ-ਵੱਖ ਕਿਉਂ ਰਹਿ ਰਹੇ ਨੇ ਬਲਕਿ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਤੋਂ ਸੰਤੁਸ਼ਟ ਨਜ਼ਰ ਆਉਂਦੇ ਸਨ ਮਸੂਦ ਦੀ ਹੁਣ ਵਾਲੀ ਪਤਨੀ ਫ੍ਰਾਂਸੀਸੀ ਸੀ ਤੇ ਦਇਆ ਨੇ ਇੱਕ ਅੰਗਰੇਜ਼ ਨਾਲ ਵਿਆਹ ਕਰਵਾ ਲਿਆ ਸੀ ਵਾਪਸੀ ਦਾ ਸਫ਼ਰ ਮੈਂ ਬੈਕਰਲੂ ਟਿਊਬ ਲਾਈਨ 'ਤੇ ਰਾਹੀਂ ਕੀਤਾ ਇਕ ਟ੍ਰਾਂਜ਼ਿਟ ਸਟੇਸ਼ਨੋਂ ਤੇ ਮੈਨੂੰ 7-800 ਫੁੱਟ ਹੇਠਾਂ ਜਾਣਾ ਪਿਆ। ਟੇਮਜ਼ ਨਦੀ ਦੇ ਬੈੱਡ ਤੋਂ ਲਗਭਗ 100 ਕੁ ਫੁੱਟ ਹੇਠਾਂ। ਇੰਜ ਜਾਪਦਾ ਸੀ ਜਿਵੇਂ ਪਤਾਲ ਨਗਰੀ ਇਹੀ ਐ। ਸੰਕੜੇ ਸਾਲ ਪਹਿਲਾਂ ਜਿਸ ਪਤਾਲ ਦਾ ਜ਼ਿਕਰ ਮਹਾਭਾਰਤ ਚ ਮਿਲਦਾ ਹੈ, ਲੱਗਿਆ ਉਸ 'ਚ ਕੋਈ ਸੱਚਾਈ ਜ਼ਰੂਰ ਹੈ। ਕਿਤੇ ਨਾ ਕਿਤੇ ਉਦੋਂ ਅਤ ਸੁੰਦਰ ਨਗਰ ਧਰਤੀ ਦੇ ਹੇਠਾਂ ਵਸਾਏ ਜਾਂਦੇ ਹੋਣਗੇ। ਹੁਣ ਤਾਂ ਉਹਨਾਂ ਦੇ ਰਸਤੇ ਹੀ ਬਾਕੀ ਬਚੇ ਨੇ। ਡਾਇਗ੍ਰਾਮ ਦੀ ਮਦਦ ਨਾਲ ਮੰਜ਼ਿਲ ਪਾਲ ਦੇ ਪਾਲ ਦੇ ਫਿਰ ਉੱਤੇ ਜਾ ਪਹੁੰਚਦੇ ਆਂ। ਜਦੋਂ ਮੈਂ ਨੋਟਿੰਗਮ ਹਿੱਲ ਗੇਟ ਤੋਂ ਲਾਈਨ ਬਦਲ ਕੇ ਉਹਨਾਂ ਭੁੱਲ ਭਲਾਵਿਆਂ 'ਚ ਭਟਕ ਰਿਹਾ ਸੀ ਅਚਾਨਕ ਮੇਰੀ ਨਜ਼ਰ ਇੱਕ ਬੈਂਚ ਤੇ ਸ਼ਾਂਤ ਲੇਟੀ ਨਾਸਰੀ ਤੇ ਜਾ ਪਈ ਬਿਲਕੁਲ ਉਹੀ ਸੀ ਉਹ ਇਸ ਵਾਰ ਮੈਂ ਉਹਨੂੰ ਫੌਰਨ ਪਛਾਣ ਲਿਆ ਸੀ ਬੈਗ ਉਹਨੇ ਸਿਰ ਹੇਠ ਰੱਖਿਆ ਹੋਇਆ ਸੀ ਕਾਲੀ ਸਕਰਟ ਵਿੱਚੋਂ ਉਹਦੀ ਲਾਂਗ ਬ੍ਰਾਊਨ ਸਟਾਕਿੰਗਸ ਅੱਤੇ ਪੱਟਾਂ ਤੱਕ ਦਿਖਾਈ ਦੇ ਰਹੀ ਸੀ ਉਹਦਾ ਚਿਹਰਾ ਸ਼ਾਹ ਕਾਲੇ ਵਾਲਾਂ ਨੇ ਟਕਿਆ ਹੋਇਆ ਸੀ ਤੇ ਉਹਦੇ ਹੱਥ ਵਿੱਚ ਇੱਕ ਅੱਦਾ ਖਾਦਾ ਚਾਕਲੇਟ ਫੜਿਆ ਸੀ ਤੇ ਮੈਂ ਉਹਦੇ ਕੋਲ ਹੀ ਜਗ੍ਹਾ ਬਣਾ ਕੇ ਬੈਠ ਗਿਆ ਤੇ ਉਹਨੂੰ ਆਵਾਜ਼ ਦਿੱਤੀ ਉਹਨੇ ਕੋਈ ਉੱਤਰ ਨਾ ਦਿੱਤਾ ਤੇ ਮੈਂ ਉਹਦੇ ਚਿਹਰੇ ਤੋਂ ਵਾਲ ਪਰਾਂ ਹਟਾ ਕੇ ਉਹਦੀਆਂ ਗੱਲਾਂ ਥਾਪੜਨ ਲੱਗ ਪਿਆ ਸਿਰਫ ਉਹਨੂੰ ਜਗਾਉਣ ਖਾਤਰ ਉਹਨੇ ਖਾਸੀ ਪੀਤੀ ਹੋਈ ਸੀ ਗੁਫਾਵਾਂ ਚੋਂ ਨਿਕਲ ਨਿਕਲ ਆਉਣ ਵਾਲੇ ਲੋਕਾਂ ਨੇ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਸੀ ਦਿੱਤਾ ਉਹਨਾਂ ਨੂੰ ਫੁਰਸਤ ਹੀ ਨਹੀਂ ਸੀ ਹਰ ਕੋਈ ਸਾਰੇ ਦਿਨ ਦੇ ਰੁਝੇਵਿਆਂ ਤੋਂ ਮੁਕਤ ਹੁੰਦਾ ਹੀ ਘਰੇ ਨਾ ਸੌਣਾ ਚਾਹੁੰਦਾ ਸੀ ਟ੍ਰੇਨਾਂ ਪਲੇਟਫਾਰਮ ਉੱਤੇ ਆ ਕੇ ਬੜੀ ਤੇਜ਼ੀ ਨਾਲ ਰੁਕਦੀਆਂ ਤੇ ਫਿਰ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਜਾਂਦੀਆਂ ਉਹ ਉਹਨਾਂ ਉੱਤੇ ਇੰਝ ਛੱਪਟਦੇ ਜਿਵੇਂ ਉਹਨਾਂ ਨੂੰ ਮਿਸ ਕਰਨਾ ਅਫੋਰਡ ਨਾ ਕਰ ਸਕਦੇ ਹੋਣ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਨਾਦਰਾਂ ਨੂੰ ਇਸ ਸਥਿਤੀ 'ਚ ਲਿਆਂਦਾ ਕਿ ਉਹ ਮੇਰੇ ਮੋਢੇ ਦਾ ਸਹਾਰਾ ਲੈ ਕੇ ਤੁਰ ਸਕੇ 600 ਫੋਟੋ ਤਾਂ ਉੱਬਰਣ ਵਾਲੇ ਐਕਸਲੇਟਰ ਦੀਆਂ ਪੌੜੀਆਂ ਤੇ ਮੇਰੇ ਨਾਲ ਚਿਪਕੀ ਖੜੀ ਰਹੀ ਉਹਨੇ ਮੈਨੂੰ ਪਛਾਣਤਾ ਲਿਆ ਸੀ ਪਰ ਮੂੰਹੋਂ ਕੁਝ ਵੀ ਨਹੀਂ ਸੀ ਬੋਲੀ ਜਦੋਂ ਅਸੀਂ ਕਿੰਗਸਟਨ ਹਾਈ ਸਟਰੀਟ ਪਹੁੰਚੇ ਹਲਕੀ ਹਲਕੀ ਫੁਹਾਰ ਪੈ ਰਹੀ ਸੀ ਸੜਕਾਂ ਭਿੱਜੀਆਂ ਹੋਈਆਂ ਸਨ ਤੇ ਉਹਨਾਂ ਉੱਤੇ ਦੌੜ ਰਹੀਆਂ ਕਾਰਾਂ ਤੇ ਬੱਸਾਂ ਦੇ ਪਹੀਆਂ ਨਾਲ ਇੱਕ ਜੀਵ ਉਦਾਸ ਤੇ ਅਸੰਗੀਤ ਮਾਹੌਲ ਚ ਘੁਲ ਰਿਹਾ ਸੀ ਮੈਂ ਆਪਣਾ ਓਵਰਕੋਟ ਲਾ ਕੇ ਉਹਨੂੰ ਦੇਣਾ ਚਾਹਿਆ ਪਰ ਉਹਨੇ ਮੇਰੀ ਪੇਸ਼ਕਸ਼ ਸਵੀਕਾਰ ਨਾ ਕੀਤੀ ਤੇ ਆਪਣੇ ਪੁੱਲ ਓਵਰ ਦੇ ਚੌੜੇ ਕਾਲਰ ਖੜੇ ਕਰਕੇ ਆਪਣਾ ਸਿਰ ਟੱਕ ਲਿਆ ਤਾਂ ਕਿ ਮੀਂਹ ਨਾਲ ਉਹਦੇ ਵਾਲ ਨਾ ਭਿੱਜਣ ਮੈਂ ਚੰਦਾ ਸਾਂ ਕਿ ਉਹਨੂੰ ਨਾਲ ਲਿਜਾ ਕੇ ਅਪੋਲੋ ਤੱਕ ਛੱਡਾਵਾਂ ਉਹ ਵੀ ਐਲਸੋਰਾ ਨਾਲ ਹੀ ਠਹਿਰੀ ਹੋਈ ਸੀ ਪਰ ਅਚਾਨਕ ਕੋਈ ਇੱਕ ਟੈਕਸੀ ਰੋਕ ਕੇ ਉਸ 'ਤੇ ਬੈਠ ਗਈ ਤੇ ਮੈਨੂੰ ਸਿਰਫ ਇੰਨਾ ਕਿਹਾ ਥੈਂਕਸ ਹੁਣ ਮੈਂ ਆਪੇ ਪਹੁੰਚ ਜਾਵਾਂਗੀ ਉਸ ਰਾਤ ਕਾਫੀ ਦੇਰ ਤੱਕ ਮੈਂ ਲੋਕਾਂ ਨੂੰ ਖੱਤ ਲਿਖਦਾ ਰਿਹਾ ਇੱਕ ਖੱਤ ਆਪਣੀ ਪਤਨੀ ਨੂੰ ਵੀ ਲਿਖਿਆ ਇਹ ਸ਼ਹਿਰ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਭਾਵੇਂ ਹੁਣ ਆਪਣੇ ਅੰਦਰੋਂ ਅੰਗਰੇਜ਼ਾਂ ਨੂੰ ਨਫ਼ਰਤ ਕਰਨ ਦਾ ਕੋਈ ਮੁਨਾਸਿਬ ਕਾਰਨ ਵੀ ਨਹੀਂ ਲੱਭ ਰਿਹਾ ਮੈਨੂੰ ਤੇ ਮੈਂ ਸਾਊਥ ਹਾਲ ਦੇ ਇੱਕ ਖੱਤ ਵਿੱਚ ਕੁਝ ਹਿੰਦੁਸਤਾਨੀ ਤੇ ਪਾਕਿਸਤਾਨੀ ਵਿਦਿਆਰਥੀਆਂ ਨਾਲ ਕੀਤੇ ਆਪਣੇ ਉਸ ਮਜ਼ਾਕ ਨੂੰ ਵੀ ਆਪਣੇ ਦਿਲ ਤੇ ਦਿਮਾਗ ਚੋਂ ਕੱਢ ਸੁਟਿਆ ਕਿ ਸਾਨੂੰ ਰਲ ਕੇ ਇੰਗਲੈਂਡ ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਤੇ ਆਪਸੀ ਵੰਡ ਅਸੀਂ ਇਸ ਢੰਗ ਨਾਲ ਕਰਾਂਗੇ ਕਿ ਕਸ਼ਮੀਰ ਵਰਗਾ ਕੋਈ ਰੇੜਕਾ ਵੀ ਨਾ ਰਹੀਂ ਬਾਅਦ ਵਿੱਚ ਮੈਂ ਉਹਨਾਂ ਡੈਨਸਿਸ਼ ਡੈਨਿਸਿਸ਼ ਤੇ ਫਿਲਸਤੀਨੀ ਧੂਮਾਔਰਤਾਂ ਬਾਰੇ ਵੀ ਵਿਸਥਾਰ ਨਾਲ ਲਿਖ ਦੇਣਾ ਚਾਹੁੰਦਾ ਸੀ ਪਰ ਫਿਰ ਜਾਣਬੁੱਝ ਕੇ ਉਹਨਾਂ ਦੇ ਜ਼ਿਕਰ ਨੂੰ ਗੋਲ ਕਰ ਗਿਆ ਤੂੰ ਬੜੀ ਯਾਦ ਆ ਰਹੀ ਹੈ ਵਗੈਰਾ ਵਗੈਰਾ ਦੋ ਦਿਨਾਂ ਬਾਅਦ ਸਾਡੀ ਵਾਪਸੀ ਸੀ ਇਹ ਜ਼ਿੰਮੇਵਾਰੀ ਸ਼ਾਰੇਬਰਗ ਟਰੈਵਲ ਏਜੰਸੀ ਦੀ ਸੀ ਕਿ ਸਾਨੂੰ ਸਾਡੇ ਵੱਖ-ਵੱਖ ਟਿਕਾਣਿਆਂ ਤੋਂ ਬੱਸਾਂ ਰਾਹੀਂ ਲੋਟਨ ਹਵਾਈ ਅੱਡੇ ਤੇ ਪਹੁੰਚਾਵੇ ਰਵਾਨਗੀ ਵਾਲੇ ਦਿਨ ਮੈਂ ਸਵੇਰੇ-ਸਵੇਰੇ ਤਿਆਰ ਹੋ ਕੇ ਰਿਸੈਪਸ਼ਨ ਕਾਊਂਟਰ ਕੋਲ ਪਏ ਸੋਫੇ ਤੇ ਜਾ ਬੈਠਿਆ ਭਾਵੇਂ ਇੱਕ ਨਾਰਵੇਜੀਅਨ ਕੰਪਿਊਟਰ ਮਕੈਨਿਕ ਜਿਹੜਾ ਸਾਡੇ ਨਾਲ ਹੀ ਆਇਆ ਸੀ ਡਾਲਰ ਪਾਉਣ ਤੇ ਕੁਆਇਨਸ ਤੇ ਫੋਰਨ ਐਕਸਚੇਂਜ ਸਥਾਨ ਬੈਂਕਾਂ ਦੇ ਠਿਕ ਪੁਨੇ ਦੀਆਂ ਗੱਲਾਂ ਸੁਣਾ ਕੇ ਮੇਰਾ ਜੀ ਲਾਈ ਰੱਖਣ ਦੀ ਕੋਸ਼ਿਸ਼ ਕਰ ਰਿਆ ਸੀ ਪਰ ਮੈਂ ਪਲ-ਪਲੇ ਹੀ ਸੋਚ ਰਿਆ ਸੰਗੇ ਪਤਾ ਨਹੀਂ ਇਸ ਵਾਰੀ ਜਹਾਜ਼ 'ਚ ਐਲਿਸ ਤੇ ਨਾਦਰਾ ਦਾ ਸਾਥ ਨਸੀਬ ਹੋਏਗਾ ਜਾਂ ਨਹੀਂ ਪਤਾ ਨਹੀਂ ਹੁਣ ਸਾਡੀਆਂ ਸੀਟਾਂ ਨਾਲ-ਨਾਲ ਹੋਣਗੀਆਂ ਜਾਂ ਦੂਰ-ਦੂਰ ਉੰਜ ਪਿਛਲੀ ਰਾਤ ਤੇ ਐਲਿਸ ਨੇ ਮੈਨੂੰ ਆਪਣੇ ਆਪਣਾ ਉਸਲੋ ਦਾ ਫੋਨ ਨੰਬਰ ਦੇ ਦਿੱਤਾ ਸੀ ਤੇ ਕਿਹਾ ਸੀ ਮੈਂ ਤੁਹਾਨੂੰ ਆਪਣੇ ਘਰ ਦਾ ਪਤਾ ਨਹੀਂ ਦੇ ਸਕਦੀ ਹਾਂ ਜਦ ਵੀ ਤੁਸੀਂ ਫੋਨ ਕਰੋਗੇ ਆਪਾਂ ਮਿਲਣ ਦਾ ਸਮਾਂ ਤੇ ਸਥਾਨ ਨਿਸ਼ਚਿਤ ਕਰ ਲਵਾਂਗੇ ਅਚਾਨਕ ਕਾਊਂਟਰ ਵੱਲੋਂ ਇੱਕ ਕੁੜੀ ਸਾਡੇ ਵੱਲ ਆਈ ਤੇ ਮੈਨੂੰ ਕਹਿਣ ਲੱਗੀ ਸ਼ਾਇਦ ਤੁਸੀਂ ਉਹ ਇੰਡੀਆ ਨੂੰ ਜਿਹੜੇ 413 'ਚ ਠਹਿਰੇ ਹੋ요 ਤੁਹਾਡੇ ਲਈ ਇੱਕ ਕਾਲ ਹੈ ਮੈਂ ਫੋਨ ਚੁੱਕਿਆ ਉਧਰ ਐਲਿਸ ਬੋਲ ਰਹੀ ਸੀ ਉਹ kháਸੀ ਖਬਰਾਈ ਜੀ ਲੱਗ ਰਹੀ ਸੀ ਮੈਨੂੰ ਅਫਸੋਸ ਹੈ ਅੱਜ ਤੁਹਾਡੇ ਨਾਲ ਵਾਪਸ ਨਹੀਂ ਜਾ ਸਕਾਂਗੀ ਇੱਕ ਬੁਰੀ ਖਬਰ ਹੈ ਕੱਲ ਰਾਤੀ ਨਾਦੀਰਾ ਨਾਸਿਰੀ ਮਰ ਗਈ ਅਚਾਨਕ ਬਿਮਾਰ ਹੋ ਗਈ ਸੀ ਵਿਚਾਰੀ ਨੂੰ ਕੋਈ ਮੈਡੀਕਲ ਏਡ ਤੱਕ ਨਹੀਂ ਦਿੱਤੀ ਜਾ ਸਕੇ ਸਭ ਕੁਝ ਅਚਾਨਕ ਹੀ ਵਾਪਰ ਗਿਆ ਮੈਂ ਸਿਰਫ ਇਸ ਲਈ ਰੁਕ ਗਈ ਹਾਂ ਕਿ ਪੁਲਿਸ ਦੀ ਸੂਚਨਾ ਮੁਤਾਬਕ ਉਹਦੀ ਡਾਇਰੀ ਵਿੱਚ ਮੇਰੇ ਨਾਂ ਕੋਈ ਤਾਜ਼ਾ ਨਜ਼ਮ ਲਿਖੀ ਹੋਈ ਹੈ ਪਤਾ ਨਹੀਂ ਕੀ ਕੁਝ ਲਿਖਿਆ ਹੋਏਗਾ ਅੱਧੀ ਕਮਲੀ ਤਸੀ ਉਹ ਖੈਰ ਮੈਂ ਪਿੱਛੋਂ ਆ ਜਾਾਂਗੀ ਉਦੋਂ ਤੱਕ ਇਸ ਸ਼ੌਕ ਤੋਂ ਵੀ ਮੁਕਤ ਹੋ ਚੁੱਕੀ ਹੋਵਾਂਗੀ ਤੇ ਹਾਂ ਤੁਸੀਂ ਵੀ ਇਸ ਸ਼ੌਕ ਨੂੰ ਹਰਗिज ਕਬੂਲ ਨਹੀਂ ਕਰਨਾ ਸਮਝੇ ਤੁਸੀਂ ਦੇਖਣਾ ਜਦੋਂ ਅਸੀਂ ਦੁਬਾਰਾ ਮਿਲਾਂਗੇ ਕਿੰਨੇ ਬਦਲੇ-ਬਦਲੇ ਤੇ ਖੁਸ਼-ਖੁਸ਼ ਹੋਵਾਂਗੇ ਪੈਲਾ ਨਾਲੋਂ ਵਧੇਰੇ ਨਜ਼ਦੀਕ ਵੀ ਮੈਨੂੰ ਤੁਹਾਡੇ ਨਾਲ ਮਿਲਣਾ ਵਰਤਨਾ ਚੰਗਾ ਲੱਗਦਾ ਹੈ ਤੁਹਾਡੇ ਕੋਲ ਮੇਰਾ ਫੋਨ ਨੰਬਰ ਤਾਂ ਹੈ ਹੀ ਹੈ ਨਾ ਉਸ ਨੂੰ ਗਵਾ ਨਾ ਦੇਣਾ ਤੇ ਤੁਸੀਂ ਛੇਤੀ ਇੰਡੀਆ ਵਾਪਸ ਤਾਂ ਨਹੀਂ ਜਾ ਰਹੇ ਨਾ ਮੈਂ ਕਹਿੰਦੀ ਆ ਜਾਣ ਦੀ ਜਲਦੀ ਨਾ ਕਰਿਓ ਫਿਰ ਇੰਨੀ ਦੂਰੋਂ ਆਉਣਾ ਆਸਾਨ ਨਹੀਂ ਹੁੰਦਾ ਚੰਗਾ ਉਦੋਂ ਤੱਕ ਬਾਏ ਬਾਏ ਸੀ ਯੂ ਧੰਨਵਾਦ